ਅਸਲਾਮ ਵਾਲੇਕਮ, ਕੀ ਹਾਲ ਨੇ? ਠੀਕ ਹੋ? ਮੈਂ ਰਿਹਾਨਾ ਵਾਂ, ਤੁਸੀਂ ਵੇਖਦੇ ਪਏ ਮੇਰਾ ਯੂਟਿਊਬ ਚੈਨਲ। ਦੋਸਤੋ, ਅੱਜ ਦੇ ਵਲੌਗ ਦਾ ਕਰਨੇ ਆਗਾਜ਼। ਅਸੀਂ ਜਾਂਦੇ ਪਏ ਪੱਠੇ ਲਵਣ। ਆਹ ਬੱਕਰੀਆਂ ਖੜੀਆਂ ਨੇ, ਇਹਨਾਂ ਵਾਸਤੇ ਪੱਠੇ ਲਵਣ ਜਾਂਦੇ ਪਏ। ਆਹ ਮੋਟਰਸਾਈਕਲ ਖੜ੍ਹਾ ਅਤੇ ਦਾਤਰੀ ਸਿਗੜੀ ਸਫਿਆਨ ਦੇ ਕੋਲ ਅਸੀਂ ਜਾ ਰਹੇ ਹਾਂ ਅਤੇ ਸਾਡੇ ਨਾਲ ਜੁੜੇ ਰਹਾ ਨੇ। ਮੋਟਰਸਾਈਕਲ ਅਸੀਂ ਬਾਹਰ ਕੱਢ ਲਿਆ, ਵੇਖੋ ਸਫਿਆਨ ਕੱਢੀ ਖੜ੍ਹਾ ਅਤੇ ਅਸੀਂ ਹੁਣ ਬਸ ਚੜ੍ਹੂੰਗਾ ਅਤੇ ਜਾਊਂਗਾ ਪੱਠੇ ਲਵਣ। ਇਹਨਾਂ ਵੇਖੋ ਅਸੀਂ ਜਾ ਰਹੇ ਹਾਂ ਅਤੇ ਤੁਸੀਂ ਵੇਖਦੇ ਪਿਓ ਦੂਰ ਦੂਰ ਤੱਕ ਨਾ ਕੋਈ ਹੁਣ ਗੰਦਮ ਨਹੀਂ ਬਚ ਗਈ, ਸਭ ਕੁਛ ਕਣਕਾਂ ਸਾਰੀਆਂ ਨਿਕਲ ਗਈਆਂ ਨੇ। ਕਿਧਰੇ ਵਿਰਲੀਆਂ ਵਾਂਝੀਆਂ ਪਈਆਂ ਨੇ, ਉਹ ਲੋਕ ਕੱਢੀ ਜਾਂਦੇ, ਨਰਮੇ ਬੀਜੇ ਪਏ ਨੇ। ਆ ਵੇਖੋ ਬਾਈ ਜਾਨ ਦਾ ਦੱਸਦੇ ਪਏ ਵੀ ਨਾ ਵਿਰਲੀਆਂ ਵਾਂਝੀਆਂ ਕਣਕਾਂ ਪਈਆਂ ਨੇ ਅਤੇ ਆ ਵੇਖੋ ਬਸ ਆਹ ਇੱਕ ਥਰੈਸ਼ਰ ਲੱਗੀ ਖੜੀ ਜਾਂ ਇੱਕ ਉਹਦੇ ਇੱਕ ਲੱਗੂ ਹੈ ਬਸ। ਹੁਣ ਬੰਦੇ ਚਾਂ ਚਾਂ ਤਾਂ ਲਈ ਜਾਂਦੇ ਨੇ ਪਿੰਡਾਂ, ਪ੍ਰੈਸ਼ਰ ਲੱਗੀ ਖੜੀ, ਬਸ ਖੜਾ ਤਾਂ ਕੰਮ ਨਿਬੜਾ ਖੜਾ, ਹੁਣ ਤਾਂ ਰਹਿ ਹੀ ਕੁਛ ਨਹੀਂ। ਵੇਖੋ ਚੱਲੀ ਖੜੀ ਹੈ, ਤੂੜੀ ਨਿਕਲੀ ਜਾਂਦੀ ਹੈ, ਦਾਣੇ ਵੀ ਨਿਕਲਦੇ ਪੈਣੇ, ਵਾਹਵਾ ਵੱਡੀ ਤਾੜ ਹੀ ਤਾਂ ਲੱਗੀ ਪਈ। ਆਹ ਵੇਖੋ ਆ ਬਾਈ ਜਾਨ, ਇਹਦੇ ਤਾਂ ਨਰਮਾ ਬੀਜ ਪੀ ਆਇਆ, ਇਹਦੇ ਤਾਂ ਜੇ ਨਿਕਲਦੀ ਪਈ ਪਰ ਆਹ ਸਾਰਾ ਨਰਮਾ ਹੀ ਬੀਜਾ ਖੜਾ। ਆ ਵੇਖੋ ਹੈਗਾ ਅਜੇ ਥੋੜ੍ਹੀ ਨਾ ਕੁਛ ਪਈ ਜਿਹੜਾ ਉਹ ਇਹਦੇ ਕੋਲ ਵੀ ਹੈ। ਤਾਂ ਸਫਾਈ ਹੋ ਗਈ, ਰਹਿ ਤਾਂ ਬਸ ਥੋੜੀਆਂ ਗਈਆਂ ਨੇ, ਕਿਧਰੇ ਕਿਧਰੇ ਕੋਈ ਵੀ ਕੋਈ ਪਈਆਂ ਨੇ ਵਿਰਲੀਆਂ ਵਾਂਝੀਆਂ। ਆ ਵੇਖੋ ਆਹ ਵੀ ਇੱਕ ਤ੍ਰੈਸ਼ਰ ਲੱਗੀ ਖੜੀ, ਇਹ ਤਾਂ ਨਿਕਲ ਗਈ ਬਸ। ਆ ਵੇਖੋ ਮਗਰ ਤਾਂ ਮਾਲ ਚੜਦਾ ਫਿਰਦਾ ਹੈ ਹੀ ਕੋਣੀ ਗਈ, ਐਵੇਂ ਬਸ ਦੋ ਤਿੰਨ ਪੰਡਾਂ ਨੇ, ਪੰਡਾਂ ਦੋ ਤਿੰਨ ਵੀ ਨਹੀਂ ਉਹ ਪਾਈ ਜਿਹੜੀ ਇੱਕ ਪੰਡ ਚੱਕੀ ਖੜਾ ਬਸ ਉਹ ਹੀ ਹੈ, ਇਸ ਤੋਂ ਸਿਵਾ ਕੋਣੀ ਪੰਡ, ਬਾਕੀ ਮਾਲ ਚੱਲਾ ਕੇ ਛੱਡੀ ਖੜੀ ਦੁਨੀਆਂ ਵਿੱਚ। ਹੁਣ ਵੇਖੋ ਸਾਰੇ ਪਾਸੇ ਨਰਮੇ ਬਜੀਜੇ ਪਏ ਨੇ, ਕਣਕਾਂ ਰਹਿ ਨਹੀਂ ਗਈਆਂ, ਦੜਾਂ ਹੀ ਦੜਾਂ ਨਹੀਂ ਗਈਆਂ ਆਈ ਜਾਂਦੀਆਂ, ਦੂਰ ਦੂਰ ਤੱਕ ਦਾੜੀ ਨਜ਼ਰ ਜਾਵੇ ਜਿੰਨੇ ਤੱਕ ਇਹ ਕਣਕਾਂ ਆਈਆਂ ਨਹੀਂ ਆ ਨਾ ਭੰਨ ਨਹੀਂ ਗਏ ਜਾਂਦੀ ਹੈ ਅਤੇ ਆਹ ਜਿਹੜੇ ਸਾਈਡ 'ਤੇ ਵੀ ਨਰਮਾ ਬੀਜ ਛੱਡਿਆ। ਇਹ ਵੇਖੋ ਸਾਰੇ ਦੜਾਂ ਹੀ ਦੜਾਂ ਪਈਆਂ ਨੇ ਅਤੇ ਸਾਰੇ ਪਾਸੇ ਦੂਰ ਦੂਰ ਤੱਕ ਦੜਾਂ ਹੀ ਦੜਾਂ, ਆਹ ਵਾਹਨ ਸਾੜ ਛੱਡਿਆ। ਇਹ ਵੀ ਬਹਿ ਜਾਸੀ ਅੱਜ ਸ਼ਾਮ ਤੋੜੀ ਇਨਸ਼ਾਅੱਲਾ, ਬਸ ਅਸੀਂ ਪਹੁੰਚੇ ਖਾਏ, ਬਸ ਥੋੜ੍ਹਾ ਜਿਹਾ ਖਾਸ ਲੈ ਪਹੁੰਚ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੈ। ਇਹ ਵੀ ਨਰਮਾ ਬੀਜ ਛੱਡਿਆ ਸਾਰਾ ਅਤੇ ਅਸੀਂ ਪਹੁੰਚ ਗਏ ਹਾਂ ਜੀ। ਆਹ ਵੇਖੋ ਖੇਤਰ, ਹੁਣ ਤੇ ਆ ਭੱਠੇ ਵੱਢੂੰਗਾ, ਭੱਠੇ ਨੇ ਬਲਸੀਮ ਦੇ ਅਤੇ ਬੜੇ ਦਿਨਾਂ ਬਾਅਦ ਨਾ ਇਹ ਬੱਕਰੀਆਂ ਦੇ ਨਸੀਬਾਂ 'ਚ ਗਰੀਬ ਆਉਂਦੀਆਂ ਜਾਣਦੇ ਪੈਣੇ, ਨਹੀਂ ਤਾਂ ਅੱਗੇ ਤੂੜੀ ਪਾਈ ਜਾਂਦੇ ਦੋਸਤ। ਆਹ ਪੱਠੇ ਸਨ ਅੱਗੇ ਨਿੱਕੇ ਨਿੱਕੇ ਅਤੇ ਹੁਣ ਵਾ ਵੱਡੇ ਵੱਡੇ ਹੋਏ ਤਾਂ ਅਸੀਂ ਵੱਢਣ ਆਏ ਖਾਣੇ ਅਤੇ ਆਹ ਵੇਖਾਂ ਨੇ ਦਾਤਰੀ ਚਿਗੜੀ ਲਾਇਆ ਤਾਂ ਹੀ ਜਾਂਦਾ ਪਿਆ, ਜਿਵੇਂ ਸਾਰਿਆਂ ਇਹ ਕਿਆਰਾ ਡੇਕਦੇ ਸੀ ਇਹਦੇ ਕੋਲ ਨਾ ਵੱਡੀ ਮਨ ਨਾ ਕਰਨੇ ਤਾਂ ਹੀ ਕਿ ਬਹੁਤ ਹੁੰਦਾ ਬਸ ਸੋਵੇ, ਅਗਲੇ ਦਿਨ ਆਇਆ ਵੱਢਣ ਅਤੇ ਦਾਤਰੀ ਚੱਲੀ ਖਾਲਾ, ਮੁੜ ਦਾਤਰੀ ਚੱਲ ਤੇ ਬਾਕੀ ਵੀ ਮੈਨੂੰ ਕਹਾਂ ਨਾ ਕਰੇ ਲੈ ਚਲੋ ਵੀ ਕਰੇ ਕੀ ਤੂੰ ਹੁਣ ਵਾ ਵੱਜ ਗਈ ਵੱਢਣ ਵਾਲੀ। ਇਹ ਅਸੀਂ ਕਿਆਰੇ ਦੇ ਵਿੱਚ ਅਸੀਂ ਪਹੁੰਚੇ ਖਾਣੇ ਜਿੱਥੇ ਪੱਠੇ ਵੱਢਣੇ ਨੇ, ਐਨ ਤਾਜ਼ੇ ਵੀ ਨਿੱਕੇ ਨਿੱਕੇ, ਪਰ ਹੁਣ ਮਜਬੂਰੀ ਹੈ ਬਈ ਵੱਢਣੇ ਤਾਂ ਪੈਣੇ ਹੀ ਨੇ, ਬੱਕਰੀਆਂ ਤਾਂ ਪਾਵਣੇ ਨੇ, ਹੁਣ ਭੁੱਖਾ ਕਿਵੇਂ ਮਾਰੀਏ ਬੱਕਰੀਆਂ ਨੂੰ, ਸਾਨੂੰ ਵਿਖਾਣੇ ਕਿੱਡੇ ਕਿੱਡੇ ਨਵੇਂ ਮਧਰੇ ਜਾਂ ਕੱਦਦੇ ਨੇ ਨਿੱਕੇ ਨਿੱਕੇ, ਅਸਲੋਂ ਨਿੱਕੇ ਨਿੱਕੇ ਇਹ ਆਖਰੀ ਲਓ ਹੈ ਨਾ, ਇਸ ਪਾਸੇ ਆਵਾਜ਼ਾਂ ਤੋਂ ਇਹ ਨਿੱਕੇ ਨਿੱਕੇ ਖਾਣੇ ਵੇਖ ਸਕਦੇ ਹੋ। ਠਿੰਗਰੀ ਤੋਂ ਨਹੀਂ ਲਾ ਛੱਡੀ ਵੀ ਕਿਵੇਂ ਪਤਾ ਨਹੀਂ, ਇਹਨੇ ਇੱਥੇ ਕੋਈ ਚੋਰੀ ਹੁੰਦੀ ਪਈ, ਮੈਂ ਸਥਾਨ ਬਹਿੰਦਾ ਪਿਆ ਅੱਲਾ ਹੀ ਅਜੇ ਵੱਡੇ ਥਾਂ, ਪਰ ਵਡੀਵਣਿਆਂ ਦੇ ਕੋਲ ਐ ਨਹੀਂ ਵੇਖ ਲੈ, ਘੰਟੇ ਬਾਅਦ ਇੱਕ ਮੁੱਠ ਜੋੜੇਗਾ, ਇਹ ਤਾਂ ਇਹ ਜਾ ਇੱਕ ਹੋਰ ਹੋਵੇ ਤਾਂ ਬਸ ਮੁੜ ਵੱਡੇ ਵੱਡੇ ਵੱਢ ਮੋੜੀ ਜੁੜਨਗੇ।
ਹੋਇਆ ਨਿੱਕਿਆਂ ਤੋਂ ਚੁੱਪ ਯਾਰ ਸਫਿਆਨ ਭਰਾ ਜਾ ਤੇਰੇ ਕੋਲ ਨਾ ਵੱਡੀ ਬਣਨਾ ਕਰਨ ਨੂੰ ਰਾਂ ਤੂੰ ਮੈਂ ਵੱਡ ਨਹੀਂ ਵੱਡੀ ਬਣਿਆ ਯਾਰ ਤੇਰੇ ਕੋਲ ਮੰਨ ਵੀ ਜਾ ਨਹੀਂ ਨਹੀਂ ਤੂੰ ਰਾਂ ਮੈਂ ਵੜਨਾ ਤੇਰੇ ਕੋਲ ਬੜਾ ਤੇਜ ਵੱਢੀ ਜਾਂਦਾ ਵੇਖ ਲੋ ਤਾਂ ਮੈਂ ਨਾ ਕਿਆਰਾ ਡੇਗਦੇ ਸੀ ਅੱਧੇ ਘੰਟੇ ਚ ਵੱਢਿਆ ਵੱਢ ਵੇਖੋ ਜੀ ਹਵਾ ਚੱਲੀ ਖਾਈ ਹੈ ਮੌਸਮ ਸਾਫ ਸੁਥਰਾ ਹੈ ਜੀ ਹਵਾ ਚੱਲੀ ਖਾਈ ਹੈ ਜੀ ਤੇ ਵੇਖ ਲਓ ਜੀ ਪਿੰਡ ਦਾ ਮਾਹੌਲ ਵੇਖੋ ਜੀ ਹੈ ਕਿ ਨਜ਼ਾਰਾ ਕਿ ਨਹੀਂ ਹੁਣ ਤਾਂ ਅੱਗੇ ਤਾਂ ਚਲੋ ਕਣਕ ਹੈਗੀ ਸੀ ਹਰ ਵਕਤ ਜਿਹੜਾ ਖੇਤਰਾਂ ਦੇ ਬੰਦੇ ਹੀ ਬੰਦੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ ਜੀ ਅਤੇ ਹੁਣ ਜਿਹੜਾ ਕਣਕਾਂ ਮੁੱਕ ਗਈਆਂ ਨੇ ਹਰ ਜ਼ਿਮੀਦਾਰ ਨੇ ਆਪਦੀ ਕਣਕ ਕੱਢ ਲਈ ਆ ਉਹ ਥੋੜ੍ਹੀ ਪਈ ਆ ਵੇਖ ਲਓ ਅਤੇ ਹੁਣ ਕੋਈ ਨਹੀਂ ਰੌਣਕ ਖੇਤਰਾਂ 'ਚ ਅੱਗੇ ਤਾਂ ਬੜੀ ਰੌਣਕ ਹੁੰਦੀ ਸੀ ਖੇਤਰਾਂ 'ਚ ਹਰ ਵਕਤ ਹੀ ਕਿਉਂਕਿ ਹਰ ਕੋਈ ਕਣਕਾਂ ਕੱਢਦਾ ਸੀ ਅਤੇ ਲੇਬਰਾਂ ਕੋਈ ਬੰਨੀ ਜਾਂਦਾ ਕੋਈ ਕੱਢੀ ਜਾਂਦਾ ਅਤੇ ਹੁਣ ਜਿਹੜਾ ਉਹ ਕੋਈ ਹਰ ਕਿਸੇ ਨੇ ਕੱਢ ਲਿਆ ਕੋਈ ਵਿਰਲੀਆਂ ਵਾਂਝ ਹੀ ਰਹਿ ਗਿਆ ਹੁਣ ਉਹ ਕੋਈ ਰੌਣਕਾਂ ਖੇਤਰਾਂ ਆ ਵੇਖੋ ਜੀ ਇਹਨੇ ਤਾਂ ਮਿੰਟ 'ਚ ਮਾਸ਼ਾਅੱਲਾ ਤਿੰਨ ਡੇਰੀਆਂ ਵਾੜ ਦਿੱਤੀਆਂ ਵੇਖਦੇ ਪਏ ਜੇ ਘਾਹ ਵੱਡੀ ਪਈ ਜੇ ਘਾਹ ਵੱਡੀ ਪਈ ਐਡੀ ਖੇਤਾਂ 'ਚ ਜੇ ਮੈਂ ਹੁੰਦਾ ਤਾਂ ਮੇਰੇ ਕੋਲ ਇੱਕ ਥੱਬੀ ਨਹੀਂ ਵਧੀ ਹੋਣੀ ਸੀ ਐਡਮੀ ਕੋ ਵੇਖ ਲੈਣੇ ਮਿੰਟ 'ਚ ਮਾਸ਼ਾਅੱਲਾ ਕਿੰਨਾ ਡੇਰੇ ਬੜੇ ਤੇਜ਼ ਪੱਟੇ ਵੜਦਾ ਅਤੇ ਇਹਨੇ ਤਾਂ ਮਿੰਟ 'ਚ ਲਾਇਆ ਵੇਖੋ ਜੀ ਘਾਹ ਵੱਡੀ ਪਈ ਹਾਂ ਵਾਟੇ ਬੜੇ ਘਾਹ ਪੱਟੇ ਵੱਡੇ ਮੈਂ ਤਾਂ ਹੁੰਦਾ ਤਾਂ ਮੈਂ ਤਾਂ ਇੱਥੇ ਚਿਰ 'ਚ ਐਵੇਂ ਖਾ ਰਹਾ ਵਾਂ ਮੇਰੇ ਕੋਲ ਕੀ ਵੱਡੀ ਹੁੰਦੀ ਸੀ ਵੱਢਣੇ ਤਾਂ ਬੜੇ ਔਖੇ ਨੇ ਅਜ਼ਾਬ ਨੀ ਗੇ ਨੂੰ ਆਉਂਦਾ ਵੇਖ ਬੱਚਾ ਚਾਂਦ ਨੂੰ ਭਾਵੇਂ ਚੁਕਵਾ ਤੇ ਕਿੱਥੇ ਮਰਜ਼ੀ ਲੈ ਜਾਓ ਪਰ ਸਿਰ ਤੇ ਚੱਕਣ ਵੀ ਮਰਨਾ ਨੇ ਸਿਰ ਤੇ ਚਾਂਦ ਲੈ ਜਾ ਬਸ ਇੱਥੋਂ ਐਵੇਂ ਨੇੜੇ ਦੇ ਨੇੜੇ ਸਾਰ ਲੈਂਦਾ ਸਿਰ ਖਰਾਬ ਹੁੰਦਾ ਮਣੇ ਦੇ ਨਾਵਣ ਵੀ ਅਜ਼ਾਬ ਹੈ ਮੁੜੇ ਵੀ ਸਿਰ ਖਰਾਬ ਹੁੰਦਾ ਕਿਆ ਬੰਦਿਆ ਹਵਾ ਜੀ ਗੁਲੇ ਕਾਲੀ ਪੱਲੀ ਮੁੜ ਉੱਡਣਾ ਇੱਥੇ ਉੱਥੇ ਪੈਰ ਰੱਖਣਾ ਸੀ ਚੱਲ ਯਾਰ ਕਾਲਾ ਨਾ ਸੱਟ ਲੈ ਯਾਰ ਹੋਰ ਤਾਂ ਨੀ ਵੱਢਣੇ ਪੈਣੇ ਹੋਰ ਤਾਂ ਨੀ ਵੱਢਣੇ ਪੈਣੇ ਮੈਨੂੰ ਤਾਂ ਲੱਗਦਾ ਵੱਢਣੇ ਪੈਣੇ ਜੇ ਵੱਢਣੇ ਪੈਣੇ ਤਾਂ ਮੁੜ ਮੈਂ ਵੱਢਣਾ ਜੋੜ ਜੋੜ ਕਾਲ ਕਰ ਮੈਂ ਹੁਣ ਵੱਢਣਾ ਯਾਰ ਇਹ ਵੱਢਣੇ ਪੈਣੇ ਨੇ ਕਿਉਂਕਿ ਥੋੜੇ ਨੇ ਤੇ ਭੱਠੇ ਵੇਖੋ ਚਾਂ ਚਾਂ ਤੇ ਰੱਖਦਾ ਪਿਆ ਏ ਭੱਠੇ ਹੋਏ ਭੈਣੇ ਨਹੀਂ ਬਸ ਇੰਨੇ ਕੋਈ ਨੀ ਮੁੱਕਦੇ ਦੋ ਕੁ ਬੱਕਰੀਆਂ ਨੇ ਢੀਂਗਰੀ ਲਾ ਦੇਣੀ ਯਾਰ ਵਾਢੀ ਨਾਲ ਜਾਵੇ ਮੁੜ ਨਹੀਂ ਚਾਂ ਤੇ ਲਾ ਕਾਲਣਾ ਕੱਢੇ ਕਿ ਅੱਡੇ ਅੱਡੇ ਕਾਂਡ ਨੇ ਤਾਂ ਲਾ ਦੇ ਅੱਛਾ ਸਮਾਲ ਤੇ ਲਾ ਦੇ
ਬਸ ਇੱਥੇ ਹੀ ਇੱਥੇ ਚਲਾ ਹਾਂ ਬਣੀ ਤੇ ਹੋਰ ਬਸ ਭੱਠੇ ਵਾਲ ਦਾਤ ਵੀ ਚੱਕਦੇ ਪੈ ਪਰਮਟ ਸਾਹਿਬ ਹੋਰੀ ਚਟੋਂਗਦੇ ਨੇ ਚੱਲਣੇ ਅਜੇ ਤੂੰ ਭੱਠੇ ਵੱਢਣੇ ਤੇ ਨਾਲ ਇੱਕ ਬੇਰੀ ਹੈ ਤੇ ਉੱਥੋਂ ਬੇਰ ਚੁੱਕ ਤੇ ਖਾਊ ਹੈ ਜਾਂਦੇ ਪਏ ਹੈ ਉਹ ਸਾਹਮਣੇ ਪੇ ਤੁਸੀਂ ਬੇਰ ਖਾਂਦੇ ਆ ਬੇਰ ਬੜੇ ਚੁੱਕੇ ਨਹੀਂ ਉੱਤੇ ਕੋਈ ਲੋਲ ਗਿਆ ਜਿਮਾ ਠੋਕਦੀ ਦੁਨੀਆ ਵੇਖੋ ਜੀ ਇਸੇ ਨੀ ਬੇਰੀ ਕੋਲ ਪਹੁੰਚ ਆ ਬੇਰੀ ਖਾਲੀ ਮਾਰੇ ਨਾ ਯਾਰ ਓ ਖੜਾ ਮਾਰਦੇ ਯਾਰ ਵੇਲਾ ਵੇਲਾ ਠੋਕੇ ਨਾ ਇਹਨੂੰ ਵੀ ਬੜੀ ਪ੍ਰੈਕਟਿਸ ਹੈ ਵੇਲਾ ਮਾਰਨ ਦੀ 40,000 ਠੋਕੇ ਨਾ ਇੱਕ ਇੱਕੋ ਬੇਰ ਖਾਇਆ ਉਹ ਵੀ ਨੀ ਡਿੱਗਦਾ ਪਿਆ ਵੱਟੇ ਨਾਲ ਦੱਸੋ ਪਰ ਨਹੀਂ ਬੇਰ ਨੀ ਲੱਭਦੇ ਰੜੀਆਂ ਕੱਢੀਆਂ ਪਈਆਂ ਇਹਨੂੰ ਅੱਜ ਚਕਾਊ ਬੱਠੇ ਦੱਸੋ ਜਾਣ ਅਸੀਂ ਕਿ ਨਹੀਂ ਚਾਹੁਣੇ ਚਲੋ ਪਤਾ ਲੱਗ ਜਾਂਦਾ ਬੰਬ ਦਾ ਵੀ ਤੇਰੀ ਨਾਲ ਦੁਬਾਰਾ ਪੱਠਿਆਂ ਕੋਲ ਜਾਏ ਖਾਂ ਬੇਰ ਤਾਂ ਲੱਭੇ ਨੀ ਇੱਕੋ ਸੁੱਕਾ ਜਿਹਾ ਲੱਭੇ ਤੇ ਆਹ ਪੱਠੇ ਪੈ ਨੇ ਸਤਿਆਨ ਚੱਕੂ ਪਤਾ ਨੀ ਕੱਲਾ ਚਵਾ ਚੱਕਦਾ ਕਿ ਮੈਨੂੰ ਆਉਂਦਾ ਵੇਖੋ ਜੀ ਪੱਠੇ ਨੀ ਦੇਖੋ ਚਾਹੁੰਦੇ ਮੈਂ ਚਕਮਾਵਣੇ ਮੈਨੂੰ ਲੱਗਾ ਖਾ ਪਤਾ ਚਾਹ ਹਾਂ ਚਾਹ ਚੱਲ ਦੇਖੋ ਚੱਲ ਤੁਰਾ ਚੱਲ ਹੁਣ ਮੈਂ ਮਗਰ ਫੱਦੀ ਲਿਆ ਕੁੱਲੇ ਹੀ ਚਾਹੁੰਦੇ ਪੈਸੇ ਵੀ ਨੀ ਚਾਹੁੰਦੇ ਤਾਂ ਖੋਤੀ ਹੁੰਦੀ ਐਵੇਂ ਲਈ ਜਾਂਦਾ ਬੰਦੇ ਪਦਾਰਥ ਵੇਖੋ ਲਈ ਜਾਂਦਾ ਹੁਣ ਹੋਗਾ ਮੋਟਰਸਾਈਕਲ ਖੜਾ ਉੱਥੇ ਜਾ ਇੱਥੇ ਪਹੁੰਚਿਆ ਪੱਠੇ ਸੈਕਦਾ ਸੈਕਦਾ ਆਇਆ ਕਰਾਂ
ਲਾਈਕ ਸ਼ੇਅਰ ਜ਼ਰੂਰ ਕੀਤਾ ਕਰੋ, ਅਗਲੀ ਵੀਡੀਓ ਤੱਕ ਇੰਤਜ਼ਾਰ ਕਰੋ।